ਆ ਤਾਂ ਹਾਲ ਹੋ ਗਏ ਨੇ ਆਪਣੇ ਸਮਾਜ ਦੇ, ਦੇਖ ਸਕਦੇ ਹੋ ਫੋਨ ਚਲਾਉਣ ਤੋਂ ਇਸ ਸ਼ਖਸ ਨੂੰ ਰੋਕਿਆ ਗਿਆ ਤਾਂ ਇਸ ਦੀ ਹੀ ਪਤਨੀ ਨੇ ਅੱਖ ਦੇ ਵਿੱਚ ਕੈਂਚੀ ਮਾਰ ਦਿੱਤੀ। ਅੱਖ ਤੇ ਪੱਟੀ ਬੰਨੀ ਖੜਾ ਇਹ ਸ਼ਖਸ ਆਪਣੀ ਪਤਨੀ ਤੋਂ ਪੀੜਿਤ ਹੈ ਕਿਉਂਕਿ ਪਤਨੀ ਦੇ ਵੱਲੋਂ ਇਸ ਦੀ ਅੱਖ ਦੇ ਵਿੱਚ ਕੈਂਚੀ ਮਾਰ ਦਿੱਤੀ ਗਈ। ਇਸ ਦਾ ਕਸੂਰ ਇੰਨਾ ਹੀ ਸੀ ਕਿ ਪਤਨੀ ਨੂੰ ਫੋਨ ਚਲਾਉਣ ਤੋਂ ਰੋਕ ਦਿੱਤਾ। ਜਿਵੇਂ ਹੀ ਇਹ ਬੋਲਿਆ ਕਿ ਤੁਸੀਂ ਫੋਨ ਨਾ ਚਲਾਓ ਤੇ ਨਾਲ ਹੀ ਪਤਨੀ ਇੰਨੀ ਅੱਗ ਬਬੂਲਾ ਹੋ ਗਈ ਕਿ ਉਸਦੇ ਕੋਲ ਕੈਂਚੀ ਪਈ ਸੀ, ਉਸਨੇ ਕੈਂਚੀ ਚੁੱਕੀ ਅਤੇ ਸਿੱਧਾ ਜਾ ਕੇ ਇਸ ਸ਼ਖਸ ਦੀ ਅੱਖ ਦੇ ਵਿੱਚ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਸ਼ਖਸ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ। ਅੱਖ ਦੀ ਰੋਸ਼ਨੀ ਤਾਂ ਹੁਣ ਤੱਕ ਨਹੀਂ ਗਈ ਪਰ ਜਾਣ ਦੀ ਸੰਭਾਵਨਾ ਹੈ, ਜਾ ਸਕਦੀ ਹੈ ਇਸ ਦੇ ਅੱਖ ਦੀ ਰੋਸ਼ਨੀ। ਤਾਂ ਦੱਸ ਦਈਏ ਕਿ ਅੰਕਿਤ, ਜਿਸ ਦੀ ਉਮਰ 28 ਸਾਲ ਹੈ, 3 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੋਹਾਂ ਦੇ ਵਿੱਚ ਤਕਰਾਰ ਵਧਣ ਲੱਗ ਗਏ। ਰੋਜ਼ਾਨਾ ਤਕਰਾਰ ਹੁੰਦੇ ਸੀ, ਕਦੇ ਰੋਟੀ ਨੂੰ ਲੈ ਕੇ, ਕਦੇ ਪਾਣੀ ਨੂੰ ਲੈ ਕੇ ਅਤੇ ਕਦੇ ਚਾਹ ਨੂੰ ਲੈ ਕੇ। ਅਤੇ ਬੀਤੇ ਦਿਨਾਂ ਦੇ ਵਿੱਚ ਇਹ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਇਹ ਬਸ ਇੰਨਾ ਕਿਹਾ ਗਿਆ ਕਿ ਤੁਸੀਂ ਫੋਨ ਨਾ ਚਲਾਓ। ਬਸ ਫਿਰ ਕੀ ਸੀ, ਪਤਨੀ ਅੱਗ ਬਬੂਲਾ ਹੋ ਗਈ, ਉਸਨੇ ਕੈਂਚੀ ਚੱਕੀ ਅਤੇ ਇਸ ਸ਼ਖਸ ਦੀ ਅੱਖ ਦੇ ਵਿੱਚ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਦਾ ਇਹ ਹਾਲ ਹੋ ਗਿਆ। ਮਾਮਲਾ ਯੂਪੀ ਦੇ ਬਾਗਪਤ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਮੋਬਾਈਲ ਚਲਾਉਣ ਤੋਂ ਰੋਕਣ 'ਤੇ ਪਤਨੀ ਨੇ ਐਡਾ ਵੱਡਾ ਕਾਂਡ ਕਰ ਦਿੱਤਾ। ਮੈਂ ਆਪਣੇ ਘਰ ਭੱਜ, ਮੇਰੇ ਘਰਵਾਲੀ ਨੇ ਮੈਨੂੰ ਖਿੱਚਿਆ ਅਤੇ ਆਖ ਮੈਂ ਚੱਕੂ ਗੋਪ ਗਿਆ, ਕੰਚੀ ਗੋਪ ਗਿਆ ਜੀ, ਮੋਬਾਈਲ ਦੇ ਉੱਪਰ ਝਗੜਾ ਹੋਇਆ ਤਾ ਜੀ। ਪੁਲਿਸ ਦਾ ਸ਼ਿਕਾਰ ਮੈਨੇ ਡਰ ਕੇ ਮਾਰੂ ਨਹੀਂ ਕੀ ਜੀ, ਮੇਰਾ ਪਹਿਲੇ ਵੀ ਚੋਟ ਲੱਗੀ ਹੋਈ ਸੀ, ਇਸ ਕੀ ਵਜ੍ਹਾ ਸੇ ਮੈਨੇ ਸ਼ਿਕਾਰ ਨਹੀਂ ਕੀ ਕਿ ਕੱਲ੍ਹ ਮੇਰੇ ਪਾਸ ਕੁਛ ਹੋ ਜਾਏ, ਮੈਂ ਪੁਲਿਸ ਵਾਲੇ ਪਾਸ ਗਰਸ਼ੀਟ 'ਤੇ ਭੇਜੀ ਜਾਏ। ਮੇਰੀ ਸ਼ਾਦੀ ਜੀ 2019 ਮੈਂ ਹੋਈ ਸੀ, ਨਵੰਬਰ ਕੇ ਮਹੀਨੇ ਮੈਂ 11 ਨਵੰਬਰ ਜੀ, ਸੋਪ ਗਾਂਵ ਕੇ ਰਹਿਣੇ ਵਾਲੀ ਹੈ। ਨਹੀਂ ਜੀ, ਸ਼ਾਦੀ ਕਰੀ ਸੀ ਜੀ ਮੈਨੇ। ਹਮ ਜੀ ਚਾਹਤੇ ਜੀ, ਮੇਰਾ ਘਰ ਕਾ ਮਾਮਲਾ ਆਪਣਾ ਘਰ ਮੈਂ ਆਪਣਾ ਆਪ ਸੁਲਝਾ ਲੂੰਗਾ ਜੀ, ਅੱਗੇ ਪੁਲਿਸ ਕੋ ਦਿੱਕਤ ਨਾ ਹੋ। ਪਤੀ ਪਤਨੀ ਕੇ ਬੀਚ ਕੋ ਲੇਕਰ ਕੇ ਪਰਿਵਾਰਿਕ ਕਾਰਨੋਂ ਸੇ ਵਿਵਾਦ ਹੋ ਗਿਆ ਥਾ, ਜਿਸਮੇ ਪਤਨੀ ਦੁਆਰਾ ਆਪਣੇ ਪਤੀ ਕੇ ਆਂਖ ਕੇ ਉੱਪਰ ਕੈਂਚੀ ਸੇ ਵਾਰ ਕੀਆ ਗਿਆ। ਇਸ ਸੰਬੰਧ ਮੈਂ ਪਤੀ ਕੀ ਔਰ ਸੇ ਤਹਿਰੀਰ ਪ੍ਰਾਪਤ ਹੋ ਗਈ ਹੈ, ਅਭਿਯੋਗ ਪੰਜੀਕ੍ਰਿਤ ਕਰ ਅਗ੍ਰਿਮ ਵੈਧਾਨਿਕ ਕਾਰਵਾਈ ਕੀ ਜਾ ਰਹੀ ਹੈ। ਆ ਤਾਂ ਹਾਲ ਹੋ ਗਏ ਨੇ ਆਪਣੇ ਸਮਾਜ ਦੇ, ਦੇਖ ਸਕਦੇ ਹੋ ਫੋਨ ਚਲਾਉਣ ਤੋਂ ਇਸ ਸ਼ਖਸ ਨੂੰ ਰੋਕਿਆ ਗਿਆ ਤਾਂ ਇਸ ਦੀ ਹੀ ਪਤਨੀ ਨੇ ਅੱਖ ਦੇ ਵਿੱਚ ਕੈਂਚੀ ਮਾਰ ਦਿੱਤੀ। ਅੱਖ ਤੇ ਪੱਟੀ ਬੰਨੀ ਖੜਾ ਇਹ ਸ਼ਖਸ ਆਪਣੀ ਪਤਨੀ ਤੋਂ ਪੀੜਿਤ ਹੈ ਕਿਉਂਕਿ ਪਤਨੀ ਦੇ ਵੱਲੋਂ ਇਸ ਦੀ ਅੱਖ ਦੇ ਵਿੱਚ ਕੈਂਚੀ ਮਾਰ ਦਿੱਤੀ ਗਈ। ਇਸ ਦਾ ਕਸੂਰ ਇੰਨਾ ਹੀ ਸੀ ਕਿ ਪਤਨੀ ਨੂੰ ਫੋਨ ਚਲਾਉਣ ਤੋਂ ਰੋਕ ਦਿੱਤਾ। ਜਿਵੇਂ ਹੀ ਇਹ ਬੋਲਿਆ ਕਿ ਤੁਸੀਂ ਫੋਨ ਨਾ ਚਲਾਓ ਤੇ ਨਾਲ ਹੀ ਪਤਨੀ ਇੰਨੀ ਅੱਗ ਬਬੂਲਾ ਹੋ ਗਈ ਕਿ ਉਸਦੇ ਕੋਲ ਕੈਂਚੀ ਪਈ ਸੀ, ਉਸਨੇ ਕੈਂਚੀ ਚੁੱਕੀ ਅਤੇ ਸਿੱਧਾ ਜਾ ਕੇ ਇਸ ਸ਼ਖਸ ਦੀ ਅੱਖ ਦੇ ਵਿੱਚ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਸ਼ਖਸ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ। ਅੱਖ ਦੀ ਰੋਸ਼ਨੀ ਤਾਂ ਹੁਣ ਤੱਕ ਨਹੀਂ ਗਈ ਪਰ ਜਾਣ ਦੀ ਸੰਭਾਵਨਾ ਹੈ, ਜਾ ਸਕਦੀ ਹੈ ਇਸ ਦੇ ਅੱਖ ਦੀ ਰੋਸ਼ਨੀ। ਤਾਂ ਦੱਸ ਦਈਏ ਕਿ ਅੰਕਿਤ, ਜਿਸ ਦੀ ਉਮਰ 28 ਸਾਲ ਹੈ, 3 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੋਹਾਂ ਦੇ ਵਿੱਚ ਤਕਰਾਰ ਵਧਣ ਲੱਗ ਗਏ। ਰੋਜ਼ਾਨਾ ਤਕਰਾਰ ਹੁੰਦੇ ਸੀ, ਕਦੇ ਰੋਟੀ ਨੂੰ ਲੈ ਕੇ, ਕਦੇ ਪਾਣੀ ਨੂੰ ਲੈ ਕੇ ਅਤੇ ਕਦੇ ਚਾਹ ਨੂੰ ਲੈ ਕੇ। ਅਤੇ ਬੀਤੇ ਦਿਨਾਂ ਦੇ ਵਿੱਚ ਇਹ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਇਹ ਬਸ ਇੰਨਾ ਕਿਹਾ ਗਿਆ ਕਿ ਤੁਸੀਂ ਫੋਨ ਨਾ ਚਲਾਓ। ਬਸ ਫਿਰ ਕੀ ਸੀ, ਪਤਨੀ ਅੱਗ ਬਬੂਲਾ ਹੋ ਗਈ, ਉਸਨੇ ਕੈਂਚੀ ਚੱਕੀ ਅਤੇ ਇਸ ਸ਼ਖਸ ਦੀ ਅੱਖ ਦੇ ਵਿੱਚ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਦਾ ਇਹ ਹਾਲ ਹੋ ਗਿਆ। ਮਾਮਲਾ ਯੂਪੀ ਦੇ ਬਾਗਪਤ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਮੋਬਾਈਲ ਚਲਾਉਣ ਤੋਂ ਰੋਕਣ 'ਤੇ ਪਤਨੀ ਨੇ ਐਡਾ ਵੱਡਾ ਕਾਂਡ ਕਰ ਦਿੱਤਾ। ਮੈਂ ਆਪਣੇ ਘਰ ਭੱਜ, ਮੇਰੇ ਘਰਵਾਲੀ ਨੇ ਮੈਨੂੰ ਖਿੱਚਿਆ ਅਤੇ ਆਖ ਮੈਂ ਚੱਕੂ ਗੋਪ ਗਿਆ, ਕੰਚੀ ਗੋਪ ਗਿਆ ਜੀ, ਮੋਬਾਈਲ ਦੇ ਉੱਪਰ ਝਗੜਾ ਹੋਇਆ ਤਾ ਜੀ। ਪੁਲਿਸ ਦਾ ਸ਼ਿਕਾਰ ਮੈਨੇ ਡਰ ਕੇ ਮਾਰੂ ਨਹੀਂ ਕੀ ਜੀ, ਮੇਰਾ ਪਹਿਲੇ ਵੀ ਚੋਟ ਲੱਗੀ ਹੋਈ ਸੀ, ਇਸ ਕੀ ਵਜ੍ਹਾ ਸੇ ਮੈਨੇ ਸ਼ਿਕਾਰ ਨਹੀਂ ਕੀ ਕਿ ਕੱਲ੍ਹ ਮੇਰੇ ਪਾਸ ਕੁਛ ਹੋ ਜਾਏ, ਮੈਂ ਪੁਲਿਸ ਵਾਲੇ ਪਾਸ ਗਰਸ਼ੀਟ 'ਤੇ ਭੇਜੀ ਜਾਏ। ਮੇਰੀ ਸ਼ਾਦੀ ਜੀ 2019 ਮੈਂ ਹੋਈ ਸੀ, ਨਵੰਬਰ ਕੇ ਮਹੀਨੇ ਮੈਂ 11 ਨਵੰਬਰ ਜੀ, ਸੋਪ ਗਾਂਵ ਕੇ ਰਹਿਣੇ ਵਾਲੀ ਹੈ। ਨਹੀਂ ਜੀ, ਸ਼ਾਦੀ ਕਰੀ ਸੀ ਜੀ ਮੈਨੇ। ਹਮ ਜੀ ਚਾਹਤੇ ਜੀ, ਮੇਰਾ ਘਰ ਕਾ ਮਾਮਲਾ ਆਪਣਾ ਘਰ ਮੈਂ ਆਪਣਾ ਆਪ ਸੁਲਝਾ ਲੂੰਗਾ ਜੀ, ਅੱਗੇ ਪੁਲਿਸ ਕੋ ਦਿੱਕਤ ਨਾ ਹੋ। ਪਤੀ ਪਤਨੀ ਕੇ ਬੀਚ ਕੋ ਲੇਕਰ ਕੇ ਪਰਿਵਾਰਿਕ ਕਾਰਨੋਂ ਸੇ ਵਿਵਾਦ ਹੋ ਗਿਆ ਥਾ, ਜਿਸਮੇ ਪਤਨੀ ਦੁਆਰਾ ਆਪਣੇ ਪਤੀ ਕੇ ਆਂਖ ਕੇ ਉੱਪਰ ਕੈਂਚੀ ਸੇ ਵਾਰ ਕੀਆ ਗਿਆ। ਇਸ ਸੰਬੰਧ ਮੈਂ ਪਤੀ ਕੀ ਔਰ ਸੇ ਤਹਿਰੀਰ ਪ੍ਰਾਪਤ ਹੋ ਗਈ ਹੈ,
अभियोग पंजीकृत कर अग्रिम वैधानिक कार्रवाई की जा रही है।